ਉੱਧਰ ਪਾਕਿਸਤਾਨ 'ਚ ਮਿਲਿਆ ਮੌਂਕੀ ਪੌਕਸ ਦਾ 5ਵਾਂ ਮਾਮਲਾ। ਇਸਲਾਮਾਬਾਦ ਪਾਕਿਸਤਾਨ ਵਿੱਚ ਐਮ ਪੌਕਸ ਦਾ ਇੱਕ ਹੋਰ ਮਰੀਜ਼ ਜਿਹੜਾ ਹੈਗਾ ਮਿਲਿਆ ਹੈ, ਜਿਹਦੇ ਵਿੱਚ ਮੌਂਕੀ ਪੌਕਸ ਦੇ ਮਰੀਜ਼ਾਂ ਦੀ ਗਿਣਤੀ ਹੁਣ ਤੱਕ 5 ਹੋ ਚੁੱਕੀ ਹੈਗੀ ਆ। ਸਾਰੇ 5 ਕੇਸ ਉਹਨਾਂ ਲੋਕਾਂ ਵਿੱਚ ਪਾਏ ਗਏ ਨੇ ਜੋ ਅੰਤਰਰਾਸ਼ਟਰੀ ਉਡਾਣਾਂ ਤੋਂ ਉਤਰੇ ਸਨ। ਇਹ ਨਹੀਂ ਪਤਾ ਕਿ ਤਿੰਨਾਂ ਵਿੱਚੋਂ ਕਿਹੜਾ ਰੂਪ ਜਿਹੜਾ ਹੈਗਾ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਕਰਾਚੀ ਹਵਾਈ ਅੱਡੇ 'ਤੇ ਯਾਤਰੀਆਂ ਦੀ ਜਾਂਚ ਕੀਤੀ ਗਈ। ਉੱਥੋਂ 2 ਸ਼ੱਕੀ ਮਰੀਜ਼ ਦੇਖੇ ਗਏ, ਜਿਨ੍ਹਾਂ ਵਿੱਚੋਂ ਇੱਕ 51 ਸਾਲਾ ਵਿਅਕਤੀ ਵਾਇਰਸ ਨਾਲ ਸੰਕ੍ਰਮਿਤ ਪਾਇਆ ਗਿਆ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈਗੀ ਆ। ਕਿ ਦੂਜੇ ਪਾਸੇ ਪਾਕਿਸਤਾਨ 'ਚ ਮੌਂਕੀ ਪੌਕਸ ਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਚੌਕਸ ਹੋ ਗਈ ਹੈ। ਸਾਰੇ ਹਵਾਈ ਅੱਡਿਆਂ 'ਤੇ ਨਿਗਰਾਨੀ ਵਧਾ ਦਿੱਤੀ ਗਈ ਹੈਗੀ। ਇਸ ਦੇ ਨਾਲ ਹੀ ਲੋਕਾਂ ਨੂੰ ਮੌਂਕੀ ਪੌਕਸ ਫੈਲਣ ਦੀ ਚਿੰਤਾ ਨਾ ਕਰਨ ਲਈ ਕਿਹਾ ਗਿਆ ਗਿਆ। ਪਿਛਲੇ ਸਾਲ ਪਾਕਿਸਤਾਨ ਵਿੱਚ ਮੌਂਕੀ ਪੌਕਸ ਨਾਲ ਇੱਕ ਮਰੀਜ਼ ਦੀ ਮੌਤ ਹੋ ਗਈ ਸੀ। ਵਿਸ਼ਵ ਸੰਗਠਨ WHO ਨੇ 14 ਅਗਸਤ ਨੂੰ ਮੌਂਕੀ ਪੌਕਸ ਜਾਨੀ ਮੌਂਕੀ ਪੌਕਸ ਨੂੰ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਸੀ। 2 ਸਾਲਾਂ ਵਿੱਚ ਇਹ ਦੂਜੀ ਵਾਰ ਸੀ ਜਦੋਂ ਬਿਮਾਰੀ ਨੂੰ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਗਿਆ ਸੀ। ਇਸ ਵਾਇਰਸ ਦਾ ਨਵਾਂ ਸਟ੍ਰੇਨ ਪਿਛਲੀ ਸਟ੍ਰੇਨ ਨਾਲੋਂ ਜ਼ਿਆਦਾ ਛੂਤ ਵਾਲਾ ਹੈ। ਇਸ ਦੀ ਮੌਤ ਦਰ ਵੀ ਜ਼ਿਆਦਾ ਹੈ, ਇਹ ਕਹਿਣਾ ਹੈਗਾ ਹੈ WHO ਦਾ। ਲੇਕਿਨ ਫਿਲਹਾਲ ਘਬਰਾਉਣ ਦੀ ਤਾਂ ਲੋੜ ਨਹੀਂ। ਲੇਕਿਨ ਪਾਕਿਸਤਾਨ 'ਚ ਮਿਲ ਚੁੱਕਾ ਹੈ ਹੁਣ ਤੱਕ 5ਵਾਂ ਮੌਂਕੀ ਪੌਕਸ ਦਾ ਮਾਮਲਾ।